देखो पीआरटीसी की बस कार और टिप्पर की टक्कर हुई है, जिस दे कार का तुम देखते हो की हालात हैं, किन्ने नुकसानी गई है। इस गड्डी के जो मालिक हैं गलबात भी कर दे हैं। क्या नाम है जी आप जी का? ईश्वर चंद जी। हां किधर आ रहे थे तुम? भाई पटियाले तो आ रहे थे। हां किस तरह हुआ एक्सीडेंट तुम? ਅਸੀਂ ਆ ਰਹੇ ਤੇ ਰੋਮ ਸਾਹਿਬ ਟਪਾਂਦਾ ਦੀ ਇਹੋ ਵੱਡੇ ਕਰਕੇ। ਕੌਣ ਟਿੱਪਰ ਵਾਲਾ? ਡਿਪਰ ਵਾਲਾ ਜੀ। ਹਾਂਜੀ ਗੱਡੀ ਫੇਟ ਮਾਰ ਕੇ ਨਾ ਉਧਰ ਹੀ ਲੈ ਕੇ ਖਿੱਚ ਗਈ ਜੀ। ਉਧਰ ਘੁੰਮ ਗਿਆ ਮੂੰਹ। ਕਿੰਨੇ ਬੰਦੇ ਕਾਰ 'ਚ ਆਪਣੇ? ਦੋਨੇ ਤੇ ਜੀ ਵਾਪਸ। ਠੀਕ ਹੋ ਬਚਾਵਾ ਤੁਹਾਡਾ? ਹਾਂ ਬਚਾਵਾ ਜੀ। ਇਹ ਤੁਸੀਂ ਦੇਖ ਰਹੇ ਹੋ ਇਹ ਬੱਸ ਹੈ ਜਿਹੜੀ ਪੀਆਰਟੀਸੀ ਕੀ, ਜਿਹੜੀ ਕੀ ਸੜਕ ਸੁਰੱਖਿਆ ਮੁਲਾਜ਼ਮਾਂ ਵੱਲੋਂ ਸਾਈਡ ਕੀਤੀ ਗਈ, ਟ੍ਰੈਫਿਕ ਖੋਲ੍ਹੇ ਗਏ। ਲੇਕਿਨ ਇਸ ਹਾਦਸੇ ਵਿੱਚ ਇੱਕ ਜਿਹੜੀ ਸਵਾਰੀ ਸੀ ਉਹ ਜ਼ਖਮੀ ਵੀ ਹੋਈ ਹੈ ਔਰ ਸਵਾਰੀਆਂ 50 ਸੀ। ਇਹ ਤਾਂ ਬੜਾ ਹਾਦਸਾ ਟਲ ਗਿਆ। ਮੈਂ ਚੰਡੀਗੜ੍ਹ ਤੋਂ ਆਇਆ ਤਾਂ ਜੀ, ਪਾਤਲਾ ਜਾਣਾ ਤਾਂ। ਅੱਛਾ, ਅਤੇ ਕਿੰਨੀ ਸਵਾਰੀਆਂ ਇਸੇ ਸਵਾਰੀਆਂ ਆਏ? ਮੇਰੇ ਕੋਲ 35-40 ਸਵਾਰੀਆਂ ਸੀ। ਹੋਇਆ ਕੀ ਹੈ? ਹੋਇਆ ਉਹ ਪਿੱਛਾ ਡੈਂਪਰ ਵਾਲਾ ਆ ਰਿਹਾ ਤਾ ਜੀ, ਓਵਰ ਸਪੀਡ ਮਾ, ਘੱਟਦੇ ਘੱਟ 100 ਕੀ ਸਪੀਡ ਮਾ, ਮੈਨੂੰ ਪਾਸ ਕਰਕੇ ਆ ਮੂਹਰਾ ਬ੍ਰੇਕ ਮਾਰੀ ਜੀ, ਕਾਰ ਫਸ ਗਈ ਉਸੇ ਮੂਹਰਾ। ਪਿੱਛਾ ਗੱਡੀ ਮੇਰੀ ਦੀ 30-40 ਕੀ ਸਪੀਡ ਮਾਰੀ। ਹਾਂ ਇੱਕ ਸਵਾਰੀ ਦਾ ਸੱਟ ਲੱਗੀ ਹੈ ਜੀ। ਆਖਣ ਭੇਜੀ ਹੈ? ਹਾਂ ਉਸਮਾਣਾ ਭੇਜੀ ਹੈ। ਠੀਕ ਹੈ। ਹਾਂ ਤੁਸੀਂ ਵੀ ਇੱਥੇ ਲੰਘ ਰਹੇ ਹੋਣੇ? ਹਾਂਜੀ ਵੀਰ ਜੀ, ਇੱਕ ਇਹਦਾ ਕੰਮ ਹੀ ਇਹੀ ਹੈ ਟਿੱਪਰਾਂ ਦਾ। ਟਿੱਪਰਾਂ ਦਾ ਬਹੁਤ ਕਿੰਨੀ ਰਫਤਾਰ ਹੁੰਦੀ ਨੇ ਜੀ? ਟਿੱਪਰ 120 ਪਲੱਸ ਹੁੰਦਾ ਜੀ, 100 ਪਲੱਸ ਨਾਰਮਲ ਜੀ ਤਾਂ। 120 ਤਾਂ ਆਮ ਜੀ। ਹਾਂਜੀ ਹਾਂਜੀ ਹਾਂਜੀ। ਪਿੱਛੇ ਦੇ ਆ ਇਹਦਾ ਬਹੁਤ ਜ਼ਿਆਦਾ, ਜਾਨੀ ਕਿ ਇੱਕ ਲੇਡੀ ਸੀ ਤਾਂ ਇੱਕ ਲੜਕੀ ਹੈ ਵਿਚਾਰੀ, ਉਹਦੀ ਅੱਖ ਤੇ ਮੇਰੇ ਖਿਆਲ ਚੋਂ ਉਹਦੀ ਪਤਾ ਨਹੀਂ ਬਚਣੀ ਹੈ ਕਿ ਨਹੀਂ ਉਹਦੀ ਅੱਖ। ਇੱਕ ਸਵਾਰੀ ਦੀ ਓਵਰ ਸੀਲ ਲੱਸੀ ਗਈ ਹੈ, ਉਹ ਗੰਭੀਰ ਜ਼ਖਮੀ ਹੋਈ ਹੈ ਔਰ ਸਦਰ ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਲੇਕਿਨ ਪਰਮਾਤਮਾ ਦਾ ਸ਼ੁਕਰ ਹੈ ਕਿ ਬਸ ਡਰਾਈਵਰ ਦੀ ਹੁਸ਼ਿਆਰੀ ਔਰ ਪਰਮਾਤਮਾ ਦਾ ਕਿਰਪਾ ਨਾਲ ਸਵਾਰੀਆਂ ਜਿਹੜੀ 50 ਦੇ ਕਰੀਬ ਸੀ ਉਹ ਬਚ ਗਈਆਂ, ਉਹਨਾਂ ਦਾ ਨੁਕਸਾਨ ਨਹੀਂ ਹੋਇਆ। ਇੱਕ ਸਵਾਰੀ ਨੂੰ ਨੁਕਸਾਨ ਪਹੁੰਚਿਆ ਹੈ। ਸਦਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੇਖੋ ਪੀਆਰਟੀਸੀ ਦੀ ਬੱਸ ਕਾਰ ਔਰ ਟਿੱਪਰ ਦੀ ਟੱਕਰ ਹੋਈ ਹੈ, ਜਿਸ ਦੇ ਵਿੱਚ ਕਾਰ ਦਾ ਤੁਸੀਂ ਦੇਖਦੇ ਹੋ ਕੀ ਹਾਲਾਤ ਹੈ, ਕਿੰਨੇ ਨੁਕਸਾਨੀ ਗਈ ਹੈ। ਇਸ ਗੱਡੀ ਦੇ ਜਿਹੜੇ ਮਾਲਿਕ ਹੈ ਗੱਲਬਾਤ ਵੀ ਕਰਦੇ ਹਾਂ। ਕਿਆ ਨਾਮ ਹੈ ਜੀ ਆਪ ਜੀ ਦਾ? ਈਸ਼ਵਰ ਚੰਦ ਜੀ। ਹਾਂ ਕਿੱਧਰੋਂ ਆ ਰਹੇ ਸੀ ਤੁਸੀਂ? ਭਾਈ ਪਟਿਆਲੇ ਤੋਂ ਆ ਰਹੇ ਸੀ। ਹਾਂ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਤੁਸੀਂ? ਅਸੀਂ ਆ ਰਹੇ ਤੇ ਰੋਮ ਸਾਹਿਬ ਟਪਾਂਦਾ ਦੀ ਇਹੋ ਵੱਡੇ ਕਰਕੇ। ਕੌਣ ਟਿੱਪਰ ਵਾਲਾ? ਡਿਪਰ ਵਾਲਾ ਜੀ। ਹਾਂਜੀ ਗੱਡੀ ਫੇਟ ਮਾਰ ਕੇ ਨਾ ਉਧਰ ਹੀ ਲੈ ਕੇ ਖਿੱਚ ਗਈ ਜੀ। ਉਧਰ ਘੁੰਮ ਗਿਆ ਮੂੰਹ। ਕਿੰਨੇ ਬੰਦੇ ਕਾਰ 'ਚ ਆਪਣੇ? ਦੋਨੇ ਤੇ ਜੀ ਵਾਪਸ। ਠੀਕ ਹੋ ਬਚਾਵਾ ਤੁਹਾਡਾ? ਹਾਂ ਬਚਾਵਾ ਜੀ। ਇਹ ਤੁਸੀਂ ਦੇਖ ਰਹੇ ਹੋ ਇਹ ਬੱਸ ਹੈ ਜਿਹੜੀ ਪੀਆਰਟੀਸੀ ਕੀ, ਜਿਹੜੀ ਕੀ ਸੜਕ ਸੁਰੱਖਿਆ ਮੁਲਾਜ਼ਮਾਂ ਵੱਲੋਂ ਸਾਈਡ ਕੀਤੀ ਗਈ, ਟ੍ਰੈਫਿਕ ਖੋਲ੍ਹੇ ਗਏ। ਲੇਕਿਨ ਇਸ ਹਾਦਸੇ ਵਿੱਚ ਇੱਕ ਜਿਹੜੀ ਸਵਾਰੀ ਸੀ ਉਹ ਜ਼ਖਮੀ ਵੀ ਹੋਈ ਹੈ ਔਰ ਸਵਾਰੀਆਂ 50 ਸੀ। ਇਹ ਤਾਂ ਬੜਾ ਹਾਦਸਾ ਟਲ ਗਿਆ। ਮੈਂ ਚੰਡੀਗੜ੍ਹ ਤੋਂ ਆਇਆ ਤਾਂ ਜੀ, ਪਾਤਲਾ ਜਾਣਾ ਤਾਂ। ਅੱਛਾ, ਅਤੇ ਕਿੰਨੀ ਸਵਾਰੀਆਂ ਇਸੇ ਸਵਾਰੀਆਂ ਆਏ ਤਾਂ? ਮੇਰੇ ਕੋਲ 35-40 ਸਵਾਰੀਆਂ ਸੀ। ਹੋਇਆ ਕੀ ਹੈ? ਹੋਇਆ ਉਹ ਪਿੱਛਾ ਡੈਂਪਰ ਵਾਲਾ ਆ ਰਿਹਾ ਤਾ ਜੀ, ਓਵਰ ਸਪੀਡ ਮਾ, ਘੱਟਦੇ ਘੱਟ 100 ਕੀ ਸਪੀਡ ਮਾ, ਮੈਨੂੰ ਪਾਸ ਕਰਕੇ ਆ ਮੂਹਰਾ ਬ੍ਰੇਕ ਮਾਰੀ ਜੀ, ਕਾਰ ਫਸ ਗਈ ਉਸੇ ਮੂਹਰਾ। ਪਿੱਛਾ ਗੱਡੀ ਮੇਰੀ ਦੀ 30-40 ਕੀ ਸਪੀਡ ਮਾ ਬਚ ਗਈਆਂ। ਹਾਂ ਇੱਕ ਸਵਾਰੀ ਦਾ ਸੱਟ ਲੱਗੀ ਹੈ ਜੀ। ਆਖਣ ਭੇਜੀ ਹੈ? ਹਾਂ ਉਸਮਾਣਾ ਭੇਜੀ ਹੈ। ਠੀਕ ਹੈ। ਹਾਂ ਤੁਸੀਂ ਵੀ ਇੱਥੇ ਲੰਘ ਰਹੇ ਹੋਣੇ? ਹਾਂਜੀ ਵੀਰ ਜੀ, ਇੱਕ ਇਹਦਾ ਕੰਮ ਹੀ ਇਹੀ ਹੈ ਟਿੱਪਰਾਂ ਦਾ। ਟਿੱਪਰਾਂ ਦਾ ਬਹੁਤ ਕਿੰਨੀ ਰਫਤਾਰ ਹੁੰਦੀ ਨੇ ਜੀ? ਟਿੱਪਰ 120 ਪਲੱਸ ਹੁੰਦਾ ਜੀ, 100 ਪਲੱਸ ਨਾਰਮਲ ਜੀ ਤਾਂ। 120 ਤਾਂ ਆਮ ਜੀ। ਹਾਂਜੀ ਹਾਂਜੀ ਹਾਂਜੀ। ਪਿੱਛੇ ਦੇ ਇਹਦਾ ਬਹੁਤ ਜ਼ਿਆਦਾ, ਜਾਨੀ ਕਿ ਇੱਕ ਲੇਡੀ ਸੀ ਤਾਂ ਇੱਕ ਲੜਕੀ ਹੈ ਵਿਚਾਰੀ, ਉਹਦੀ ਅੱਖ ਤੇ ਮੇਰੇ ਖਿਆਲ ਚੋਂ ਉਹਦੀ ਪਤਾ ਨਹੀਂ ਬਚਣੀ ਹੈ ਕਿ ਨਹੀਂ ਉਹਦੀ ਅੱਖ। ਇੱਕ ਸਵਾਰੀ ਦੀ ਓਵਰ ਸੀਲ ਲੱਸੀ ਗਈ ਹੈ, ਉਹ ਗੰਭੀਰ ਜ਼ਖਮੀ ਹੋਈ ਹੈ ਔਰ ਸਦਰ ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਲੇਕਿਨ ਪਰਮਾਤਮਾ ਦਾ ਸ਼ੁਕਰ ਹੈ ਕਿ ਬਸ ਡਰਾਈਵਰ ਦੀ ਹੁਸ਼ਿਆਰੀ ਔਰ ਪਰਮਾਤਮਾ ਦਾ ਕਿਰਪਾ ਨਾਲ ਸਵਾਰੀਆਂ ਜਿਹੜੀ 50 ਦੇ ਕਰੀਬ ਸੀ ਉਹ ਬਚ ਗਈਆਂ, ਉਹਨਾਂ ਦਾ ਨੁਕਸਾਨ ਨਹੀਂ ਹੋਇਆ। ਇੱਕ ਸਵਾਰੀ ਨੂੰ ਨੁਕਸਾਨ ਪਹੁੰਚਿਆ ਹੈ। ਸਦਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।